ਗ੍ਰਹਿ ਮੰਤਰੀ ਅਮਿਤ ਸ਼ਾਹ 18 ਤਰੀਕ ਨੂੰ ਪੰਜਾਬ ਜਾ ਰਹੇ ਨੇ, ਕੀ ਦੌਰਾ ਰਹਿਣ ਵਾਲਾ, ਕੀ ਸਾਰਾ ਪ੍ਰੋਗਰਾਮ ਹੈ? ਪੂਰੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ 9 ਵਰਸ਼ਾਂ ਦੇ ਜਨ ਸੰਪਰਕ ਕਾਰਜਕ੍ਰਮ ਕਰ ਰਹੀ ਹੈ, ਜਿਹਦੇ ਅੰਦਰ ਦੇਸ਼ 'ਚ ਵੱਡੇ ਨੇਤਾ 51 ਰੈਲੀਆਂ ਵੀ ਕਰ ਰਹੇ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ 18 ਤਾਰੀਖ ਨੂੰ ਗੁਰਦਾਸਪੁਰ ਲੋਕ ਸਭਾ 'ਚ ਇੱਕ ਵੱਡੀ ਸਭਾ ਕਰਨਗੇ, ਔਰ ਉਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਆਲ ਇੰਡੀਆ ਪ੍ਰਧਾਨ ਸ਼੍ਰੀ JP ਨੱਡਾ ਜੀ 14 ਤਾਰੀਖ ਨੂੰ ਹੁਸ਼ਿਆਰਪੁਰ 'ਚ ਇੱਕ ਵੱਡੀ ਸਭਾ ਕਰਨਗੇ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਾਰੀ ਲੀਡਰਸ਼ਿਪ ਹੈ ਉਹ ਪੂਰੇ ਦੇਸ਼ ਦੇ ਅੰਦਰ 543 ਲੋਕ ਸਭਾ 'ਚ ਸਭਾਵਾਂ ਕਰ ਰਹੀ ਹੈ। ਅਸੀਂ ਹਰ ਵਿਧਾਨ ਸਭਾ 'ਚ ਸੰਪਰਕ ਕਰ ਰਹੇ ਹਾਂ, ਹਰ ਬੂਥ 'ਤੇ ਘਰ ਘਰ ਜਾਇਆ ਜਾ ਰਿਹਾ। 9 ਵਰਸ਼ਾਂ ਦੀ ਜਿਹੜੀ ਸੇਵਾ, ਸੁਸ਼ਾਸਨ ਔਰ ਗਰੀਬ ਕਲਿਆਣ ਦੀ ਜਿਹੜੀਆਂ ਸਭਾਵਾਂ ਨੇ, ਜਿਹੜੇ ਕਰ ਜਿਹੜਾ 9 ਵਰਸ਼ ਦੇ ਅੰਦਰ ਹੋਇਆ, ਉਹ ਲੈ ਕੇ ਜਨਤਾ ਦੇ ਵਿੱਚ ਜਾਣਾ, ਗਰੀਬ ਕਲਿਆਣ ਦਾ ਬਹੁਤ ਵੱਡਾ ਕੰਮ ਪ੍ਰਧਾਨ ਮੰਤਰੀ ਮੋਦੀ ਜੀ ਦੀ ਲੀਡਰਸ਼ਿਪ 'ਚ ਹੋਇਆ। ਦੇਸ਼ ਦੀ ਗਰੀਬਾਂ ਦੀ ਜ਼ਿੰਦਗੀ 'ਚ ਪਰਿਵਰਤਨ ਆਇਆ, 80 ਕਰੋੜ ਗਰੀਬਾਂ ਨੂੰ ਰਾਸ਼ਨ ਪਹੁੰਚਿਆ, 11 ਕਰੋੜ 66 ਲੱਖ ਗਰੀਬ ਘਰਾਂ ਦੇ ਅੰਦਰ ਪੀਣ ਦੇ ਪਾਣੀ ਦੀ ਪਾਈਪ ਪਹੁੰਚੀ ਫਰੀ, ਲਗਭਗ 10 ਕਰੋੜ ਗਰੀਬਾਂ ਨੂੰ ਰਸੋਈ ਗੈਸ ਦਿੱਤੇ ਗਏ ਨੇ, 11 ਕਰੋੜ ਗਰੀਬਾਂ ਦੇ ਘਰ 'ਚ ਸ਼ੌਚਾਲਿਆ ਬਣਾਏ ਗਏ ਨੇ, ਇੱਜ਼ਤ ਘਰ ਬਣਾਏ ਗਏ ਨੇ। 50 ਕਰੋੜ ਤੋਂ ਜ਼ਿਆਦਾ ਹਿੰਦੁਸਤਾਨ ਦੀ ਜਨਸੰਖਿਆ ਨੂੰ ਮੈਡੀਕਲ ਇੰਸ਼ੋਰੈਂਸ ਦਿੱਤਾ ਗਿਆ, ਏਮਸ ਬਣੇ ਨੇ, ਰੋਡਸ ਬਣੀਆਂ, ਹਵਾਈ ਅੱਡੇ ਬਣੇ ਹੈ, ਮੈਟਰੋ ਚੱਲੀਆਂ, ਵੰਦੇ ਭਾਰਤ ਟ੍ਰੇਨ ਚੱਲੀਆਂ, ਦੇਸ਼ ਦੇ ਅੰਦਰ ਇਨਫਰਾਸਟ੍ਰਕਚਰ ਖੜ੍ਹਾ ਹੋਇਆ, ਫਾਰਮਿੰਗ ਸੈਕਟਰ 'ਚ ਬਹੁਤ ਵੱਡਾ ਕੰਮ ਹੋਇਆ। ਦੇਸ਼ ਦੇ ਅੰਦਰ 11 ਕਰੋੜ ਕਿਸਾਨਾਂ ਨੂੰ ਸਿੱਧਾ ਪੈਸਾ ਪਹੁੰਚ ਰਿਹਾ, ਉਹ ਇਹ ਲਗਭਗ 2.5 ਲੱਖ ਕਰੋੜ ਰੁਪਈਆ ਕਿਸਾਨਾਂ ਨੂੰ ਪਹੁੰਚ ਚੁੱਕਾ। ਇਹ ਅੱਜ ਤੱਕ ਦਾ ਸਭ ਨਾਲੋਂ ਵੱਡਾ ਗਰੀਬ ਕਲਿਆਣ ਦਾ, ਦੇਸ਼ ਦੀ ਤਰੱਕੀ ਦਾ ਕੰਮ ਹੋਇਆ, ਇਤਿਹਾਸਕ ਕੰਮ ਹੋਇਆ, ਉਹਨੂੰ ਜਨਤਾ 'ਚ ਲਿਜਾਣ ਦਾ ਕੰਮ ਭਾਰਤੀ ਜਨਤਾ। ਕੇਜਰੀਵਾਲ ਸਾਹਿਬ ਨੂੰ ਮੈਂ ਇੱਕੋ ਗੱਲ ਪੁੱਛਣਾ ਚਾਹੁੰਦਾ, ਨਾ ਉਹਨੂੰ ਤਾਂ ਆਪਣੇ ਆਪ ਨੂੰ ਬੜਾ ਪੜ੍ਹਿਆ ਲਿਖਿਆ ਕਹਿੰਦੇ ਨੇ, ਔਰ ਉਹ ਸੋਚਦੇ ਨੇ ਕਿ ਦੇਸ਼ ਦੀ ਜਨਤਾ ਬੇਵਕੂਫ ਹੈ ਔਰ ਉਹਨਾਂ ਦੀਆਂ ਝੂਠੀਆਂ ਗੱਲਾਂ 'ਚ ਆ ਜਾਏਗੀ। ਕੇਜਰੀਵਾਲ ਸਾਹਿਬ, ਜਦੋਂ ਤੁਸੀਂ ਕਾਗਜ਼ ਭਰੇ ਸੀ ਐਜ਼ ਏ MLA, ਕਿਆ ਤੁਹਾਨੂੰ ਪਤਾ ਨਹੀਂ ਸੀ ਕਿ ਦਿੱਲੀ ਇੱਕ ਕੈਪੀਟਲ UT ਹੈ ਔਰ ਕੈਪੀਟਲ UT ਦੇ ਅਧਿਕਾਰ ਸੀਮਿਤ ਹੁੰਦੇ ਨੇ ਵਰਲਡ ਦੇ ਅੰਦਰ, ਚਾਹੇ ਉਹ ਨਿਊਯਾਰਕ ਹੋਵੇ, ਚਾਹੇ ਪਾਕਿਸਤਾਨ 'ਚ ਇਸਲਾਮਾਬਾਦ ਹੋਵੇ, ਇਹ ਨਿਸ਼ਚਿਤ ਰਾਈਟਸ ਹੁੰਦੇ ਨੇ ਔਰ ਤੁਸੀਂ ਕਾਗਜ਼ ਭਰਨ ਗਿਆ, ਕਿਆ ਤੁਹਾਨੂੰ ਪਤਾ ਨਹੀਂ ਸੀ? ਕਿਉਂ ਅੱਜ ਝੂਠ ਬੋਲ ਰਹੇ ਹੋ? ਕਿਉਂ ਭਰਮ ਪੈਦਾ ਕਰ ਰਹੇ ਹੋ? ਕਿਆ ਪੁਲਿਸ ਪ੍ਰਸ਼ਾਸਨ ਦੇ ਰਾਹੀਂ ਤੁਸੀਂ ਜਨਤਾ ਨੂੰ ਧੋਖਾ ਦੇ ਰਹੇ ਹੋ, ਭਰਮ ਪੈਦਾ ਕਰ ਰਹੇ ਹੋ? ਸਭ ਨਾਲੋਂ ਵੱਡਾ ਝੂਠ ਬੋਲਣ ਵਾਲਾ ਪੋਲੀਟੀਸ਼ੀਅਨ ਅਗਰ ਕੋਈ ਹਨ ਤਾਂ ਕੇਜਰੀਵਾਲ ਸਾਹਿਬ। ਲਗਾਤਾਰ ਦੇਸ਼ ਦੇ ਵੱਖ ਵੱਖ ਲੀਡਰਾਂ ਨੂੰ ਮਿਲਿਆ ਜਾ ਰਿਹਾ, ਤੁਹਾਨੂੰ ਲੱਗਦਾ ਹੈ ਕਿ ਇੱਕ ਪੂਰਾ ਫਰੰਟ ਖੜਾ? ਸਿਰਫ ਇੱਕ ਪੋਲੀਟੀਕਲ ਟੂਰਿਜ਼ਮ ਹੈ? ਭਗਵੰਤ ਮਾਨ ਸਾਹਿਬ, ਪੰਜਾਬ ਦੀ ਪੋਲੀਟਿਕਸ 'ਤੇ ਧਿਆਨ ਦਿਓ, ਪੰਜਾਬ ਦੇ ਲਾਅ ਐਂਡ ਆਰਡਰ 'ਤੇ ਧਿਆਨ ਦਿਓ। ਪੰਜਾਬ 'ਚ ਡਰੋਨ ਦੇ ਰਾਹੀਂ ਜਿਹੜੇ ਹਥਿਆਰ ਔਰ ਨਸ਼ੀਲੇ ਪਦਾਰਥ ਸੁੱਟੇ ਜਾ ਰਹੇ ਉਹ 'ਤੇ ਧਿਆਨ ਦਿਓ। ਪੰਜਾਬ ਦੇ ਅੰਦਰ ਜਿਹੜੀ ਵੱਖ ਵੱਖ ਦੀ ਸ਼ਕਤੀਆਂ ਵੱਧ ਰਹੀਆਂ ਉਹ 'ਤੇ ਧਿਆਨ ਦਿਓ। ਪੰਜਾਬ ਦੇ ਇਨਫਰਾਸਟ੍ਰਕਚਰ ਨੂੰ ਵਧਾਉਣ 'ਤੇ ਧਿਆਨ ਦਿਓ। ਪੰਜਾਬ ਦੀ ਟੈਕਸ ਦੀ ਚੋਰੀ ਤੋਂ ਬਚਾਉਣ 'ਤੇ ਪੰਜਾਬ 'ਤੇ ਧਿਆਨ ਦਿਓ। ਪੰਜਾਬ ਨੂੰ ਮਾਫੀਆਇਜ਼ਮ ਤੋਂ ਕੱਢਣ 'ਤੇ ਧਿਆਨ ਦਿਓ। ਉੱਥੇ ਤਾਂ ਤੁਸੀਂ ਕਦੇ ਕੰਮ ਨਹੀਂ ਕਰ ਰਹੇ, ਔਰ ਪੋਲੀਟੀਕਲ ਟੂਰਿਜ਼ਮ ਅਸੀਂ ਕਦੀ ਗੁਜਰਾਤ, ਕਦੀ ਹਿਮਾਚਲ, ਕਦੀ ਤੇਲੰਗਾਨਾ, ਕਦੀ UP। ਇੱਕ ਵਾਰੀ ਜਹਾਜ਼ ਉਡਾਇਆ ਜੇ ਪੰਜਾਬ ਦੀ ਇੰਡਸਟਰੀ ਵੱਧ ਜੇ, ਔਰ ਅਸੀਂ ਹੈਦਰਾਬਾਦ ਚੱਲੀਏ, ਬੰਬੇ ਚੱਲੀਏ, ਟਾਈਮ ਹੀ ਨਹੀਂ ਹੈਗਾ। ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਮੌਕੇ ਮਿਲ ਸਕਣ ਰੁਜ਼ਗਾਰ ਦੇ, ਔਰ ਅਸੀਂ ਕੁਛ ਕਰੀਏ, ਟਾਈਮ ਹੀ ਨਹੀਂ ਹੈਗਾ। ਲੇਕਿਨ ਪੋਲੀਟੀਕਲ ਟੂਰਿਜ਼ਮ ਕਰਨ ਵਾਸਤੇ, ਵਿਹਲੀ ਚੌਧਰ ਕਰਨ ਵਾਸਤੇ
ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਪੂਰੇ ਦੇਸ਼ ਚ ਘੁੰਮ ਰਹੇ, ਜਾਰੂ ਜਾਰੀ ਕਰ ਦਿੱਤਾ ਅਨੈਤਿਕਤਾ ਦੀ ਰਾਹ ਦੇ ਉੱਤੇ। ਪੰਜਾਬ ਦੀ ਭਗਵੰਤ ਮਾਨ ਦੀ ਕੇਜਰੀਵਾਲ ਦੀ ਸਰਕਾਰ ਚੱਲ ਰਹੀ ਹੈ, ਕਿਸ ਤਰ੍ਹਾਂ ਕਾਨੂੰਨ ਨੂੰ ਤੋੜ ਮਰੋੜ ਕੇ ਇੱਕ ਐਸੀ ਭਾਈਚਾਰੇ ਦੇ ਬੱਚੇ ਦੇ ਨਾਲ ਹੋਏ ਅਨਿਆਏ ਤੋਂ, ਔਰ ਅਨਿਆਏ ਕਿਸੇ ਹੋਰ ਨੇ ਨਹੀਂ ਕੀਤਾ, ਦੁਸ਼ਕਰਮ ਕਿਸੇ ਹੋਰ ਨੇ ਨਹੀਂ ਕੀਤਾ, ਪੰਜਾਬ ਸਰਕਾਰ ਦਾ ਮੰਤਰੀ, ਉਹਦੀਆਂ ਵੀਡੀਓ ਸਾਹਮਣੇ ਆ ਗਈਆਂ। ਪਤਾ ਨਹੀਂ ਕੀ ਕਾਰਨ ਹੈ ਕਿ ਭਗਵੰਤ ਮਾਨ ਸਾਹਿਬ ਔਰ ਉਹਨਾਂ ਦੀ ਸਰਕਾਰ ਔਰ ਕੇਜਰੀਵਾਲ ਕਟਾਰੂ ਚੱਕ ਨੂੰ ਬਚਾਉਣ ਵਾਸਤੇ ਹਰ ਕਿਨੌਣਾ ਸ਼ੜਿਅੰਤਰ ਰਚ ਰਹੇ, ਪ੍ਰਯਾਸ ਕਰ ਰਹੇ। ਪੰਜਾਬ ਦੇ ਗਵਰਨਰ ਸਾਹਿਬ ਨੇ 2 ਵਾਰੀ ਲਿਖੀ ਹੈ ਮੁੱਖ ਮੰਤਰੀ ਸਾਹਿਬ ਨੂੰ, 2 ਵਾਰੀ ਪੱਤਰ ਲਿਖਿਆ। ਪਤਾ ਨਹੀਂ ਕੀ ਰਿਸ਼ਤਾ ਹੈ ਭਗਵੰਤ ਮਾਨ ਸਾਹਿਬ ਦਾ, ਉਹ ਰਿਸ਼ਤਾ ਕੀ ਕਹਿੰਦੇ ਉਸ ਰਿਸ਼ਤੇ ਨੂੰ, ਮੈਨੂੰ ਨਹੀਂ ਪਤਾ। ਲੇਕਿਨ ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ। ਲੋਕਾਂ ਨੂੰ ਲੱਗਦਾ ਕਿ ਉਹਦਾ ਕਿੱਡਾ ਅਸਰ ਪੈ ਰਿਹਾ ਹੋਏਗਾ ਪੰਜਾਬ ਦੇ ਬੱਚਿਆਂ 'ਤੇ, ਨੌਜਵਾਨਾਂ 'ਤੇ, ਕਿ ਜਦੋਂ ਰਕਸ਼ਕ ਜਿਹਨੇ ਲੀਡ ਕਰਨਾ ਉਹੀ ਸਮਾਜ ਦਾ ਪਕਸ਼ਕ ਬਣ ਚੁੱਕਾ ਹੈ। ਉਹੀ ਹਵਸ ਔਰ ਅਨੈਤਿਕ ਜਿਹੜੀਆਂ ਵੀਡੀਓਜ਼ ਦੇਖੀਆਂ ਉਹ ਕਰਨ ਵਾਲੇ ਮੰਤਰੀ ਨੂੰ ਬਚਾਇਆ ਜਾ ਰਿਹਾ। Subscribe to our YouTube channel News DNN by clicking the bell icon. Don't forget to like, comment and share.